50% ਹੋਇਆ DA ਵਿੱਚ ਵਾਧਾ। ਮੁਲਾਜ਼ਮਾਂ ਅਤੇ ਪੈਨਸ਼ਨਰਸ ਲਈ ਵੱਡੀ ਖੁਸ਼ਖਬਰੀ, ਸਰਕਾਰ ਵੱਲੋਂ ਖੁਸ਼ੀਆਂ ਭਰਿਆ ਨੋਟੀਫਿਕੇਸ਼ਨ ਕੀਤਾ ਗਿਆ ਜਾਰੀ। ਦੋਸਤੋ, ਇੱਕ ਵਾਰ ਫਿਰ ਤੋਂ ਮੁਲਾਜ਼ਮਾਂ ਅਤੇ ਪੈਨਸ਼ਨਰਸ ਦੇ DA ਦੇ ਵਿੱਚ ਸਰਕਾਰ ਦੇ ਵੱਲੋਂ ਵਾਧਾ ਕੀਤਾ ਗਿਆ ਹੈ। ਇਸ ਸੰਬੰਧੀ ਨੋਟੀਫਿਕੇਸ਼ਨ ਵੀ ਸਰਕਾਰ ਦੇ ਵੱਲੋਂ ਜਾਰੀ ਹੋਇਆ ਹੈ। ਸੋ ਦੋਸਤੋ, ਇਸ ਵੀਡੀਓ ਰਾਹੀਂ ਅਸੀਂ ਦੇਖਦੇ ਹਾਂ ਕਿ ਇਸ ਨੋਟੀਫਿਕੇਸ਼ਨ ਦੇ ਵਿੱਚ ਕੀ ਲਿਖਿਆ ਗਿਆ ਹੈ। ਸੋ ਦੋਸਤੋ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਣਾ। ਦੋਸਤੋ, ਇਹ ਵਾਲਾ ਨੋਟੀਫਿਕੇਸ਼ਨ ਜੋ ਹੈ ਜਾਰੀ ਕੀਤਾ ਗਿਆ ਹੈ। ਦੋਸਤੋ, ਇਸ ਦੇ ਵਿੱਚ ਲਿਖਿਆ ਗਿਆ ਹੈ ਕਿ ਮਹਿੰਗਾਈ ਭੱਤੇ DA ਦੀ ਦਰੋਂ ਮੇ 50% ਤੱਕ ਵਾਧਾ ਜੋ ਹੈ, ਮਕਾਨ ਕਿਰਾਇਆ ਭੱਤਾ ਜੋ ਹੈ, ਹਾਊਸ ਰੈਂਟ ਅਲਾਂਸ ਜੋ ਹੈ, ਉਸਦੇ ਵਿੱਚ ਵੀ ਵਾਧਾ ਕੀਤਾ ਗਿਆ ਹੈ। ਸੋ ਦੋਸਤੋ, ਇਸ ਦੇ ਵਿੱਚ ਆਪ ਜੀ ਨੂੰ ਦੱਸ ਦਈਏ ਕਿ ਇਹ ਵਾਲਾ ਪੱਤਰ ਜਾਰੀ ਹੋਇਆ ਹੈ, ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ DA ਦੇ ਵਿੱਚ 46% ਤੋਂ ਹੁਣ 50% ਜੋ ਹੈ ਵਾਧਾ ਕੀਤਾ ਗਿਆ ਹੈ, ਜੋ ਕਿ 1/1/2024 ਤੋਂ ਲਾਗੂ ਕੀਤਾ ਜਾਵੇਗਾ। ਦੋਸਤੋ, ਆਪ ਜੀ ਨੂੰ ਦੱਸ ਦਈਏ ਕਿ ਜਿਹੜੇ ਮੁਲਾਜ਼ਮ HRA ਲੈਂਦੇ ਹਨ, ਜਿਹੜੇ XYZ ਸਿਟੀਜ਼ ਦੇ ਵਿੱਚ ਰਹਿੰਦੇ ਹਨ, ਉਹਨਾਂ ਦੇ ਜੋ ਹੈ HRA ਦੇ ਵਿੱਚ 30%, 20%, 10% ਵਾਧਾ ਜੋ ਹੈ ਸਰਕਾਰ ਵੱਲੋਂ ਕੀਤਾ ਗਿਆ ਹੈ, ਅਤੇ ਇਹ ਵਾਲਾ ਵਾਧਾ ਵੀ 1/1/2024 ਤੋਂ ਲਾਗੂ ਹੋਵੇਗਾ। ਦੋਸਤੋ, ਨੋਟੀਫਿਕੇਸ਼ਨ ਜੋ ਹੈ ਸਰਕਾਰ ਵੱਲੋਂ ਜਾਰੀ ਹੋਇਆ ਹੈ। ਸੋ ਦੋਸਤੋ, ਹੋਰ ਅਪਡੇਟਸ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਧੰਨਵਾਦ।